ਦੇਖ ਰਹੇ ਹੋ ਮੀਡੀਆ ਆਪਣਾ ਪੰਜਾਬ ਤੇ ਮੈਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਚਾਹਲ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਫੁੱਲਾਂਵਾਲ ਸਾਹਿਬ ਪਰਮੇਂਦਰ ਜੀ ਸਵਾਗਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਅੱਜ ਦਰਸ਼ਕ ਦੇਖਦੇ ਹੋਣੇ ਨੇ ਵੀ ਅਸੀਂ ਅੱਜ ਬਾਹਰ ਖੜੇ ਹਾਂ ਪਰ ਅਸੀਂ ਦਿਖਾਉਣਾ ਚਾਹਾਂਗੇ ਕਿ ਅੱਜ ਅਸੀਂ ਗੋਲਡਨ ਹਟ ਰਾਣਾ ਜੀ ਦਾ ਜਿਹੜਾ ਕਿ ਇਹ ਕੁਰਕਸ਼ੇਤਰ ਦੇ ਵਿੱਚ ਢਾਬਾ ਹੈ ਅੱਜ ਅਸੀਂ ਉੱਥੇ ਖੜੇ ਹਾਂ ਤੇ ਇਹਦੇ ਅੱਜ ਖੜਨ ਦਾ ਕਾਰਨ ਦੱਸ ਦਿਓ ਪਰਮੇਂਦਰ ਜੀ ਕੀ ਹੈ ਅੱਜ ਪੰਜਾਬ ਭਰ ਚੋਂ ਨੇਤਹੀਂ ਜਿਹੜੇ ਨਾ ਸੈਂਕੜਿਆਂ ਦੀ ਗਿਣਤੀ ਸੀ ਦਿੱਲੀ ਚੱਲੇ ਨੇ ਉਹ ਦਿੱਲੀ ਜੋ ਇਹਨਾਂ ਦਾ ਕਹਿੰਦੇ ਸੈਮੀਨਾਰ ਹੈਗਾ ਉਹਦੇ ਸਾਰਿਆਂ ਨੇ ਭਾਗ ਲੈਣਾ ਅੱਜ ਰਾਣਾ ਜੀ ਦੇ ਜਿਹੜੀ ਗੋਲਡਨ ਹੱਟ ਹੈਗੀ ਆ ਇੱਥੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨੇਤਹੀਂ ਜਾ ਰਹੇ ਨੇ ਤਾਂ ਉਹਨਾਂ ਨੇ ਦਾਵਤ ਦਿੱਤੀ ਵੀ ਜਿਹੜਾ ਇਹ ਭੋਜਨ ਆ ਉਹ ਇੱਥੇ ਉਹਨਾਂ ਨੇ ਛਕਾਉਣ ਦੀ ਜਿਹੜੀ ਦਿੱਲੀ ਖਾਸ ਇੱਛਾ ਜ਼ਾਹਰ ਕੀਤੀ ਤਾਂ ਉਹਦੇ ਵਿੱਚ ਜਿਹੜੇ ਹੈਗੇ ਨੇਤਹੀਂ ਨੂੰ ਬੜੇ ਪਿਆਰ ਦੇ ਨਾਲ ਸਾਰੇ ਸਟਾਫ ਨੇ ਬਹੁਤ ਵਧੀਆ ਪਿਆਰ ਦੇ ਨਾਲ ਉਹਨਾਂ ਨੇ ਖਾਣਾ ਖਾਇਆ ਸੋ ਵਾਕਈ ਬਹੁਤ ਵੱਡੀ ਗੱਲ ਹੈ ਤੇ ਪਰਮਿੰਦਰ ਜੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਇਹ ਢਾਬਾ ਤੇ ਇਹ ਨਾਮ ਚਰਚਾ 'ਚ ਆਇਆ ਸੀ ਜੀ ਜਿੱਥੇ ਇਹਨਾਂ ਨੇ ਆਪਣੇ ਦਿਲ ਦੇ ਦਰਵਾਜ਼ੇ ਤੇ ਢਾਬੇ ਦੇ ਦਰਵਾਜ਼ੇ ਜੀ ਤੇ ਪੂਰੇ ਕਿਸਾਨਾਂ ਦੇ ਲਈ ਖੋਲ੍ਹ ਦਿੱਤੇ ਸੀਗੇ ਜੀ ਤੇ ਉਸ ਤੋਂ ਬਾਅਦ ਫਿਰ ਪੰਜਾਬੀਆਂ ਨੇ ਜਿੱਦਾਂ ਇਹਨਾਂ ਨੂੰ ਆਪਣੇ ਦਿਲ ਦੇ ਅੰਦਰ ਵਸਾਇਆ ਜੀ ਤੇ ਪੰਜਾਬ ਦਾ ਜਿਹੜਾ ਪਿਆਰ ਰਾਣਾ ਜੀ ਨੂੰ ਮਿਲਿਆ ਨਾ ਜੀ ਤੇ ਉਹਦੀ ਤਾਰੀਫ ਰਾਣਾ ਜੀ ਅਕਸਰ ਕਰਦੇ ਵੀ ਹੁੰਦੇ ਨੇ ਤੇ ਉਹਦੀ ਮੂੰਹ ਮੋਲ ਦੀ ਤਸਵੀਰ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਲੋਕੇਸ਼ਨ ਬਣਾ ਲਈ ਜਿਹੜੇ ਪੰਜਾਬੀ ਹੈ ਨਾ ਜੀ ਇਹਨਾਂ ਦੇ ਵਿੱਚ ਖੂਬੀ ਆ ਵੀ ਕਿਸੇ ਦੀ ਸ਼ਾਨ ਨੂੰ ਆਪਣੇ ਸਿਰ ਤੇ ਨਹੀਂ ਰੱਖਦੇ ਜਦੋਂ ਉਹਨਾਂ ਨੇ ਆਪਣਾ ਰਾਣਾ ਜੀ ਨੇ ਕਰਿਆ ਕਿਸਾਨੀ ਅੰਦੋਲਨ ਵਿੱਚ ਪੰਜਾਬ ਨੇ ਉਹਨਾਂ ਨੂੰ ਪਲਕਾਂ ਤੇ ਬਿਠਾਇਆ ਗੋਲਡਨ ਮੈਡਲਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕਰਿਆ ਪਰ ਜੇ ਉਹ ਆਪਾਂ ਦੇਖੀਏ ਤਾਂ ਉਹ ਕਿਸਾਨੀ ਅੰਦੋਲਨ ਦੇ ਵਿੱਚ ਰਾਣਾ ਜੀ ਦਾ ਮਾਲੀ ਤੌਰ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਉਹਨਾਂ ਨੇ ਇਸ ਗੱਲ ਦੇ ਵਿੱਚ ਪੂਰੇ ਦਿਲ ਖੋਲ੍ਹ ਕੇ ਆਪਣੇ ਦਰਵਾਜ਼ੇ ਔਰ ਢਾਬੇ ਖੋਲ੍ਹੇ ਹੋਏ ਸੀਗੇ ਕਿ ਇਸ ਗੱਲ ਦਾ ਉਹਨਾਂ ਨੇ ਵਾਅਦਾ ਸੀ ਵੀ ਜਿੰਨਾ ਚਿਰ ਇਹ ਅੰਦੋਲਨ ਚੱਲੂਗਾ ਵੀ ਇਸ ਹੱਟ ਦੇ ਉੱਤੋਂ ਕੋਈ ਭੁੱਖਾ ਨਹੀਂ ਜਾਊਗਾ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਇਸ ਕਰਕੇ ਜਿਹੜਾ ਹੈਗਾ ਅਸੀਂ ਰਾਣਾ ਜੀ ਦਾ ਇਸ ਗੱਲੋਂ ਥੈਂਕਸ ਕਰਦੇ ਹਾਂ ਵੀ ਉਹਨਾਂ ਨੇ ਜਿਹੜਾ ਹੈਗਾ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਵਿਦਾ ਦਿੰਦੇ ਬਿਲਕੁਲ ਜੀ ਸੋ ਅੱਜ ਇੱਥੇ ਜਿੱਦਾਂ ਹੀ ਰਾਣਾ ਜੀ ਨੂੰ ਪਤਾ ਲੱਗਿਆ ਕਿ ਇੱਥੇ ਨੇਤਰਹੀਣ ਪਹੁੰਚ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਉਚੇਚੇ ਤੌਰ ਤੇ ਪ੍ਰਬੰਧ ਕਰਵਾਇਆ ਸੀ ਪੂਰਾ ਸਟਾਫ ਇਹਨਾਂ ਦਾ ਜਿੱਦਾਂ ਸੇਵਾ ਉਹਨਾਂ ਨੇ ਕੀਤੀ ਹੈ ਆਪਣੇ ਹੱਥੀ ਸੇਵਾ ਨੇਤਰਹੀਣਾਂ ਦੀ ਕੀਤੀ ਹੈ ਬਿਲਕੁਲ ਬਹੁਤ ਸਲਾਹਣਯੋਗ ਸੀ ਸੋ ਅੱਜ ਦੇ ਲਈ ਇੰਨਾ ਹੀ ਜੀ ਤੋਂ ਅਗਲੇ ਐਪੀਸੋਡ ਦੇ ਵਿੱਚ ਫਿਰ ਪਰਮਿੰਦਰ ਜੀ ਮਿਲਾਂਗੇ ਸੋ ਅੱਜ ਅਸੀਂ ਇੱਥੇ ਰੁਕੇ ਸੀ ਇਸ ਕਰਕੇ ਮੈਂ ਕਿਹਾ ਵੀ ਇਹ ਦਿਖਾਉਣਾ ਵੀ ਦਰਸ਼ਕਾਂ ਨੂੰ ਜ਼ਰੂਰੀ ਹੈ ਕਿਉਂਕਿ ਜਿੱਥੇ ਪੈਸਾ ਕਮਾਉਣਾ ਹਰ ਇੱਕ ਇਨਸਾਨ ਜਿਹੜਾ ਆਪਣਾ ਇੱਕ ਧਾਰਮਿਕ ਕਰਮ ਸਮਝਦਾ ਹੋਣਾ ਵੀ ਚਾਹੀਦਾ ਜੀ ਬਿਲਕੁਲ ਉੱਥੇ ਨਾਲ ਦੀ ਨਾਲ ਸੇਵਾ ਕਰਨ ਵਾਲੇ ਇਨਸਾਨੀਅਤ ਦੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕਿਸੇ ਅਗਲੇ ਐਪੀਸੋਡ ਦੇ ਵਿੱਚ ਤੁਸੀਂ ਦੇਖਦੇ ਹੋਣੇ ਨੇ ਵੀ ਅਸੀਂ ਅੱਜ ਬਾਹਰ ਖੜੇ ਹਾਂ ਪਰ ਅਸੀਂ ਦਿਖਾਉਣਾ ਚਾਹਾਂਗੇ ਕਿ ਅੱਜ ਅਸੀਂ ਗੋਲਡਨ ਹਟ ਰਾਣਾ ਜੀ ਦਾ ਜਿਹੜਾ ਕਿ ਇਹ ਕੁਰਕਸ਼ੇਤਰ ਦੇ ਵਿੱਚ ਢਾਬਾ ਹੈ ਅੱਜ ਅਸੀਂ ਉੱਥੇ ਖੜੇ ਹਾਂ ਤੇ ਇਹਦੇ ਅੱਜ ਖੜਨ ਦਾ ਕਾਰਨ ਦੱਸ ਦਿਓ ਪਰਮਿੰਦਰ ਜੀ ਕੀ ਹੈ ਅੱਜ ਪੰਜਾਬ ਭਰ ਚੋਂ ਨੇਤਹੀਂ ਜਿਹੜੇ ਨਾ ਸੈਂਕੜਿਆਂ ਦੀ ਗਿਣਤੀ ਸੀ ਦਿੱਲੀ ਚੱਲੇ ਨੇ ਉਹ ਦਿੱਲੀ ਜੋ ਇਹਨਾਂ ਦਾ ਕਹਿੰਦੇ ਸੈਮੀਨਾਰ ਹੈਗਾ ਉਹਦੇ ਸਾਰਿਆਂ ਨੇ ਭਾਗ ਲੈਣਾ ਅੱਜ ਰਾਣਾ ਜੀ ਦੇ ਜਿਹੜੀ ਗੋਲਡਨ ਹੱਟ ਹੈਗੀ ਆ ਇੱਥੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨੇਤਹੀਂ ਜਾ ਰਹੇ ਨੇ ਤਾਂ ਉਹਨਾਂ ਨੇ ਦਾਵਤ ਦਿੱਤੀ ਵੀ ਜਿਹੜਾ ਇਹ ਭੋਜਨ ਆ ਉਹ ਇੱਥੇ ਉਹਨਾਂ ਨੇ ਛਕਾਉਣ ਦੀ ਜਿਹੜੀ ਦਿੱਲੀ ਖਾਸ ਇੱਛਾ ਜ਼ਾਹਰ ਕੀਤੀ ਤਾਂ ਉਹਦੇ ਵਿੱਚ ਜਿਹੜੇ ਹੈਗੇ ਨੇਤਹੀਂ ਨੂੰ ਬੜੇ ਪਿਆਰ ਦੇ ਨਾਲ ਸਾਰੇ ਸਟਾਫ ਨੇ ਬਹੁਤ ਵਧੀਆ ਪਿਆਰ ਦੇ ਨਾਲ ਉਹਨਾਂ ਨੇ ਖਾਣਾ ਖਾਇਆ ਸੋ ਵਾਕਈ ਬਹੁਤ ਵੱਡੀ ਗੱਲ ਹੈ ਤੇ ਪਰਮਿੰਦਰ ਜੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਇਹ ਢਾਬਾ ਤੇ ਇਹ ਨਾਮ ਚਰਚਾ 'ਚ ਆਇਆ ਸੀ ਜੀ ਜਿੱਥੇ ਇਹਨਾਂ ਨੇ ਆਪਣੇ ਦਿਲ ਦੇ ਦਰਵਾਜ਼ੇ ਤੇ ਢਾਬੇ ਦੇ ਦਰਵਾਜ਼ੇ ਜੀ ਤੇ ਪੂਰੇ ਕਿਸਾਨਾਂ ਦੇ ਲਈ ਖੋਲ੍ਹ ਦਿੱਤੇ ਸੀਗੇ ਜੀ ਤੇ ਉਸ ਤੋਂ ਬਾਅਦ ਫਿਰ ਪੰਜਾਬੀਆਂ ਨੇ ਜਿੱਦਾਂ ਇਹਨਾਂ ਨੂੰ ਆਪਣੇ ਦਿਲ ਦੇ ਅੰਦਰ ਵਸਾਇਆ ਜੀ ਤੇ ਪੰਜਾਬ ਦਾ ਜਿਹੜਾ ਪਿਆਰ ਰਾਣਾ ਜੀ ਨੂੰ ਮਿਲਿਆ ਨਾ ਜੀ ਤੇ ਉਹਦੀ ਤਾਰੀਫ ਰਾਣਾ ਜੀ ਅਕਸਰ ਕਰਦੇ ਵੀ ਹੁੰਦੇ ਨੇ ਤੇ ਉਹਦੀ ਮੂੰਹ ਮੋਲ ਦੀ ਤਸਵੀਰ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਲੋਕੇਸ਼ਨ ਬਣਾ ਲਈ ਜਿਹੜੇ ਪੰਜਾਬੀ ਹੈ ਨਾ ਜੀ ਇਹਨਾਂ ਦੇ ਵਿੱਚ ਖੂਬੀ ਆ ਵੀ ਕਿਸੇ ਦੀ ਸ਼ਾਨ ਨੂੰ ਆਪਣੇ ਸਿਰ ਤੇ ਨਹੀਂ ਰੱਖਦੇ ਜਦੋਂ ਉਹਨਾਂ ਨੇ ਆਪਣਾ ਰਾਣਾ ਜੀ ਨੇ ਕਰਿਆ ਕਿਸਾਨੀ ਅੰਦੋਲਨ ਵਿੱਚ ਪੰਜਾਬ ਨੇ ਉਹਨਾਂ ਨੂੰ ਪਲਕਾਂ ਤੇ ਬਿਠਾਇਆ ਗੋਲਡਨ ਮੈਡਲਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕਰਿਆ ਪਰ ਜੇ ਉਹ ਆਪਾਂ ਦੇਖੀਏ ਤਾਂ ਉਹ ਕਿਸਾਨੀ ਅੰਦੋਲਨ ਦੇ ਵਿੱਚ ਰਾਣਾ ਜੀ ਦਾ ਮਾਲੀ ਤੌਰ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਉਹਨਾਂ ਨੇ ਇਸ ਗੱਲ ਦੇ ਵਿੱਚ ਪੂਰੇ ਦਿਲ ਖੋਲ੍ਹ ਕੇ ਆਪਣੇ ਦਰਵਾਜ਼ੇ ਔਰ ਢਾਬੇ ਖੋਲ੍ਹੇ ਹੋਏ ਸੀਗੇ ਕਿ ਇਸ ਗੱਲ ਦਾ ਉਹਨਾਂ ਨੇ ਵਾਅਦਾ ਸੀ ਵੀ ਜਿੰਨਾ ਚਿਰ ਇਹ ਅੰਦੋਲਨ ਚੱਲੂਗਾ ਵੀ ਇਸ ਹੱਟ ਦੇ ਉੱਤੋਂ ਕੋਈ ਭੁੱਖਾ ਨਹੀਂ ਜਾਊਗਾ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਇਸ ਕਰਕੇ ਜਿਹੜਾ ਹੈਗਾ ਅਸੀਂ ਰਾਣਾ ਜੀ ਦਾ ਇਸ ਗੱਲੋਂ ਥੈਂਕਸ ਕਰਦੇ ਹਾਂ ਵੀ ਉਹਨਾਂ ਨੇ ਜਿਹੜਾ ਹੈਗਾ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਵਿਦਾ ਦਿੰਦੇ ਬਿਲਕੁਲ ਜੀ ਸੋ ਅੱਜ ਇੱਥੇ ਜਿੱਦਾਂ ਹੀ ਰਾਣਾ ਜੀ ਨੂੰ ਪਤਾ ਲੱਗਿਆ ਕਿ ਇੱਥੇ ਨੇਤਰਹੀਣ ਪਹੁੰਚ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਉਚੇਚੇ ਤੌਰ ਤੇ ਪ੍ਰਬੰਧ ਕਰਵਾਇਆ ਸੀ ਪੂਰਾ ਸਟਾਫ ਇਹਨਾਂ ਦਾ ਜਿੱਦਾਂ ਸੇਵਾ ਉਹਨਾਂ ਨੇ ਕੀਤੀ ਹੈ ਆਪਣੇ ਹੱਥੀ ਸੇਵਾ ਨੇਤਰਹੀਣਾਂ ਦੀ ਕੀਤੀ ਹੈ ਬਿਲਕੁਲ ਬਹੁਤ ਸਲਾਹਣਯੋਗ ਸੀ ਸੋ ਅੱਜ ਦੇ ਲਈ ਇੰਨਾ ਹੀ ਜੀ ਤੋਂ ਅਗਲੇ ਐਪੀਸੋਡ ਦੇ ਵਿੱਚ ਫਿਰ ਪਰਮਿੰਦਰ ਜੀ ਮਿਲਾਂਗੇ ਸੋ ਅੱਜ ਅਸੀਂ ਇੱਥੇ ਰੁਕੇ ਸੀ ਇਸ ਕਰਕੇ ਮੈਂ ਕਿਹਾ ਵੀ ਇਹ ਦਿਖਾਉਣਾ ਵੀ ਦਰਸ਼ਕਾਂ ਨੂੰ ਜ਼ਰੂਰੀ ਹੈ ਕਿਉਂਕਿ ਜਿੱਥੇ ਪੈਸਾ ਕਮਾਉਣਾ ਹਰ ਇੱਕ ਇਨਸਾਨ ਜਿਹੜਾ ਆਪਣਾ ਇੱਕ ਧਾਰਮਿਕ ਕਰਮ ਸਮਝਦਾ ਹੋਣਾ ਵੀ ਚਾਹੀਦਾ ਜੀ ਬਿਲਕੁਲ ਉੱਥੇ ਨਾਲ ਦੀ ਨਾਲ ਸੇਵਾ ਕਰਨ